ਸੰਨੀ ਦਿਓਲ ਦੀ ਫਿਲਮ ਗਦਰ 2 ਆ ਰਹੀ ਆ ਤੇ ਸੰਨੀ ਦਿਓਲ ਮੇਰਾ ਭਰਾ ਪ੍ਰੋਮੋਸ਼ਨ ਕਰਦਾ ਫਿਰਦਾ ਵਾ ਤੇ ਲੋਕਾਂ ਨੂੰ ਕਹਿੰਦਾ ਵਾ ਇਹ ਫਿਲਮ ਦੇਖੋ ਤੇ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਵਾ ਵੀ ਇਹਦੀ ਫਿਲਮ ਕੋਈ ਨਾ ਦੇਖਿਓ ਕੋਈ ਪ੍ਰੋਮੋਸ਼ਨ ਵਾਸਤੇ ਤਾਂ ਟਾਈਮ ਹੈਗਾ ਵਾ ਪੰਜਾਬ ਆਉਣ ਦਾ ਪਰ ਸਾਡੇ ਪੰਜਾਬ ਦੇ ਲੋਕ ਚਿੱਟੇ ਨਾ ਮਰ ਗਏ ਇਹਨੇ ਕਦੇ ਵੀ ਆ ਕੇ ਇੱਥੇ ਰੌਲਾ ਨਹੀਂ ਪਾਇਆ ਕਦੇ ਮੁੱਦਾ ਨਹੀਂ ਚੱਕਿਆ ਹੜ੍ਹਾਂ ਦੇ ਵਿੱਚ ਸਾਡੇ ਪੰਜਾਬੀ ਲੋਕ ਦੇ ਘਰ ਬਰਬਾਦ ਹੋ ਗਏ ਬੁੱਢੇ ਨਾਲ ਨੇ ਬਹੁਤ ਬਰਬਾਦੀ ਕੀਤੀ ਪਰ ਇਹਨਾਂ ਦੇ ਪਰਿਵਾਰ ਨੇ ਇੱਕ ਪੰਜੀ ਨਹੀਂ ਦਿੱਤੀ ग्यारह अगस्त ਨੂੰ MBD ਮਾਲ ਦੇ ਮੂਹਰੇ ਜਿੱਥੇ ਫਿਲਮ ਲੱਗਦੀ ਆ ਉੱਥੇ ਧਰਨਾ ਲਾ ਰਿਹਾ ਵਾ ਤੇ ਤੁਸੀਂ ਵੀ ਵੱਧ ਤੋਂ ਵੱਧ ਬਾਈਕਾਟ ਕਰੋ ਤਾਂ ਜੋ ਇਸ ਪਰਿਵਾਰ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਵੇ ਵੀ ਅਸੀਂ ਫਿਲਮਾਂ ਦੀ ਪ੍ਰਮੋਸ਼ਨ ਕਰਨ ਵਾਸਤੇ ਤਾਂ ਪੰਜਾਬ ਵਿੱਚ ਆ ਜਾਂਦੇ ਹਾਂ ਪਰ ਲੋਕਾਂ ਦੇ ਹੱਕਾਂ ਵਾਸਤੇ ਅਸੀਂ ਪੰਜਾਬ ਦੇ ਵਿੱਚ ਨਹੀਂ ਆਉਂਦੇ ਹਿੰਦੁਸਤਾਨ ਜ਼ਿੰਦਾਬਾਦ ਥਾ ਜ਼ਿੰਦਾਬਾਦ ਹੈ ਔਰ ਜ਼ਿੰਦਾਬਾਦ ਰਹੇਗਾ ਹਿੰਦੁਸਤਾਨ ਜ਼ਿੰਦਾਬਾਦ ਇਹਦੀ ਫਿਲਮਾਂ ਦੇ ਵਿੱਚ ਵੀ ਦੂਜੇ ਨੂੰ ਮਾੜਾ ਦੱਸ ਕੇ ਹਿੰਦੁਸਤਾਨ ਜ਼ਿੰਦਾਬਾਦ ਦੇ ਨਾਲੇ ਹੀ ਲਵਾਉਂਦਾ ਵਾ ਦੂਜੇ ਸਾਡਾ ਹਿੰਦੁਸਤਾਨ ਜ਼ਿੰਦਾਬਾਦ ਹੈ ਰਹੇਗਾ ਆ ਸਾਰਿਆਂ ਨੂੰ ਪਤਾ ਵਾ ਪਰ ਕਿਸੇ ਨੂੰ ਅਸੀਂ ਮੁਰਦਾਬਾਦ ਕਹਿ ਕੇ ਯਾਨੀ ਆਪਣੇ ਆਪ ਨੂੰ ਅਸੀਂ ਜ਼ਿੰਦਾਬਾਦ ਨਹੀਂ ਕਹਿੰਦੇ ਅਸੀਂ ਹਿੰਦੁਸਤਾਨੀ ਅਸੀਂ ਭਾਰਤੀ ਲੋਕ ਆਗਰਾ ਟਿਊਟੂ ਬਣੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਮੈਂ ਪੰਜਾਬ ਵਾਸੀਆਂ ਨੂੰ ਬੇਨਤੀ ਕਰਦਾ ਵਾਂ ਵੀ ਸੰਨੀ ਦਿਓਲ ਦੀ ਫਿਲਮ ਗਦਰ 2 ਆ ਰਹੀ ਆ ਤੇ ਸੰਨੀ ਦਿਓਲ ਮੇਰਾ ਭਰਾ ਪ੍ਰਮੋਸ਼ਨ ਕਰਦਾ ਫਿਰਦਾ ਵਾ ਤੇ ਲੋਕਾਂ ਨੂੰ ਕਹਿੰਦਾ ਵਾ ਵੀ ਫਿਲਮ ਦੇਖੋ ਤੇ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਵਾਂ ਵੀ ਇਹਦੀ ਫਿਲਮ ਕੋਈ ਨਾ ਦੇਖਿਓ ਇਹ ਜਿਹੜਾ ਮੇਰਾ ਭਰਾ ਹੈਗਾ ਵਾ ਆ MP ਦਾ ਕੈਂਡੀਡੇਟ ਆ BJP ਦਾ ਤੇ ਦੂਜੀ ਗੱਲ ਆ ਵੀ ਇਹਨੇ ਕੋਲ ਪ੍ਰਮੋਸ਼ਨ ਵਾਸਤੇ ਤਾਂ ਟਾਈਮ ਹੈਗਾ ਵਾ ਪੰਜਾਬ ਆਉਣ ਦਾ ਪਰ ਸਾਡੇ ਪੰਜਾਬ ਦੇ ਲੋਕ ਚਿੱਟੇ ਨਾ ਮਰ ਗਏ ਇਹਨੇ ਕਦੇ ਵੀ ਆ ਕੇ ਇੱਥੇ ਰੌਲਾ ਨਹੀਂ ਪਾਇਆ ਕਦੇ ਮੁੱਦਾ ਨਹੀਂ ਚੱਕਿਆ ਹੜ੍ਹਾਂ ਦੇ ਵਿੱਚ ਸਾਡੇ ਪੰਜਾਬੀ ਲੋਕ ਦੇ ਘਰ ਬਰਬਾਦ ਹੋ ਗਏ ਬੁੱਢੇ ਨਾਲ ਨੇ ਬਹੁਤ ਬਰਬਾਦੀ ਕੀਤੀ ਪਰ ਇਹਨਾਂ ਦੇ ਪਰਿਵਾਰ ਨੇ ਇੱਕ ਪੰਜੀ ਨਹੀਂ ਦਿੱਤੀ ਪੰਜਾਬ ਨੂੰ ਗੁਰਾ ਕਿਉਂਕਿ ਮੋਦੀ ਤੋਂ ਡਰ ਲੱਗਦਾ ਵਾ ਜੇ ਆਪਾਂ 7 ਕਰੋੜ ਦੇ ਦਿੰਦੇ ਜਾਂ 10 ਕਰੋੜ ਦੇ ਦਿੰਦੇ ਤਾਂ ਮੋਦੀ ਤੋਂ ਵੀ ਡਰ ਲੱਗਦਾ ਵਾ ਪੰਜਾਬ ਨਾਲ ਮਤਰੇਈ ਮਾਲਾ ਸ਼ੁਰੂ ਕੀਤਾ ਵਾ ਇੰਨੇ ਪੰਜਾਬ ਵਿੱਚ ਬੇਰੁਜ਼ਗਾਰੀ ਫੈਲੀ ਹੋਈ ਆ ਤੇ ਸਾਡੇ MP ਸਾਹਿਬ ਕਦੇ ਦਿਖੇ ਵੀ ਹੈ ਨਹੀਂ ਗੁਰਦਾਸਪੁਰ ਦੇ ਵਿੱਚ ਇਹਦੇ ਕੋਲ ਪੋਸਟਰ ਲੱਗੇ ਤੇ ਉੱਥੇ ਵੀ ਗੁੰਮਸਦਾ ਦੇ ਪਰ ਉੱਥੇ ਵੀ ਇਹਨਾਂ ਨੇ ਕੋਈ ਦਿਮਾਗ ਨਹੀਂ ਅਗਲ ਪੰਜਾਬੀ ਆ ਬੋਲੀ ਜਾਂਦੇ ਆ ਅੱਜ ਹੈਗਾ ਵਾ ਅਕਲ ਦੇਣ ਦਾ ਮੌਕਾ ਤੇ ਟਿਊਟੂ ਬਾਣੀਆਂ 11 ਅਗਸਤ ਨੂੰ MBD ਮਾਲ ਦੇ ਮੂਹਰੇ ਜਿੱਥੇ ਫਿਲਮ ਲੱਗਦੀ ਆ ਉੱਥੇ ਧਰਨਾ ਲਾ ਰਿਹਾ ਵਾ ਤੇ ਤੁਸੀਂ ਵੀ ਵੱਧ ਤੋਂ ਵੱਧ ਬਾਈਕਾਟ ਕਰੋ ਤਾਂ ਜੋ ਇਸ ਪਰਿਵਾਰ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਵੇ ਵੀ ਅਸੀਂ ਫਿਲਮਾਂ ਦੀ ਪ੍ਰਮੋਸ਼ਨ ਕਰਨ ਵਾਸਤੇ ਤਾਂ ਪੰਜਾਬ ਵਿੱਚ ਆ ਜਾਂਦੇ ਹਾਂ ਪਰ ਲੋਕਾਂ ਦੇ ਹੱਕਾਂ ਵਾਸਤੇ ਅਸੀਂ ਪੰਜਾਬ ਦੇ ਵਿੱਚ ਨਹੀਂ ਆਉਂਦੇ ਜਿਹੜਾ ਮੇਰਾ ਭਰਾ ਸੰਨੀ ਦਿਓਲ ਹੈਗਾ ਵਾ ਉਹ ਸਰਕਾਰੀ ਗਨਮੈਨ ਲਈ ਫਿਰਦਾ ਵਾ ਸਰਕਾਰੀ ਖਰਚੇ 'ਤੇ ਸਾਰਾ ਕੁਝ ਚੱਲਦਾ ਵਾ ਅਤੇ ਲੇਕਿਨ ਜਦੋਂ ਪੰਜਾਬ ਦੀ ਗੱਲ ਹੋ ਜਾਂਦੀ ਆ ਦੋਸਤੋ ਆਹ ਮੂੰਹ 'ਚ ਬੱਬਲਗਮ ਪਾ ਲੈਂਦੇ ਨੇ ਪੰਜਾਬੀਆਂ ਇਹਨੂੰ ਐਡਾ ਵੱਡਾ ਸਟਾਰ ਬਣਾਇਆ ਪਰ ਇਹਨੇ ਪੰਜਾਬ ਵਾਸਤੇ ਕੁਛ ਨਹੀਂ ਕੀਤਾ ਇਹਦੀ ਫਿਲਮਾਂ ਦੇ ਵਿੱਚ ਵੀ ਦੂਜੇ ਨੂੰ ਮਾੜਾ ਦੱਸ ਕੇ ਹਿੰਦੁਸਤਾਨ ਜ਼ਿੰਦਾਬਾਦ ਦੇ ਨਾਲੇ ਹੀ ਲਵਾਉਂਦਾ ਵਾ ਦੂਜੇ ਸਾਡਾ ਹਿੰਦੁਸਤਾਨ ਜ਼ਿੰਦਾਬਾਦ ਹੈ ਰਹੇਗਾ ਆ ਸਾਰਿਆਂ ਨੂੰ ਪਤਾ ਵਗਰਾ ਪਰ ਕਿਸੇ ਨੂੰ ਅਸੀਂ ਮੁਰਦਾਬਾਦ ਕਹਿ ਕੇ ਯਾਨੀ ਆਪਣੇ ਆਪ ਨੂੰ ਅਸੀਂ ਜ਼ਿੰਦਾਬਾਦ ਨਹੀਂ ਕਹਿੰਦੇ ਅਸੀਂ ਹਿੰਦੁਸਤਾਨੀ ਅਸੀਂ ਭਾਰਤੀ ਲੋਕ ਵਗਰਾ ਪਰ ਇਹਦੀ ਫਿਲਮਾਂ ਦੇ ਵਿੱਚ ਵੀ ਕੋਈ ਯਾਨੀ ਬਾਲਾ ਤੱਤ ਨਹੀਂ ਆ ਅੱਜ ਮੈਂ ਪਹਿਲਾਂ ਗਦਰ ਦੇਖੀ ਸੀ ਇਹਦੇ ਵਿੱਚ ਵੀ ਉਹੀ ਹੋਣਾ ਵਾ ਕਿਉਂਕਿ ਦੇਸ਼ ਨੂੰ ਦੇਸ਼ ਨਾਲ ਨਫ਼ਰਤ ਕਰਾਉਣਾ ਆਹ ਇਹਦੀ ਫਿਲਮਾਂ ਵਿੱਚ ਦਿਖਾਇਆ ਜਾਂਦਾ ਵਾ ਆਹ ਦਿਖਾਇਆ ਜਾਂਦਾ ਵਾ ਵੀ ਦੂਜਾ ਮੁਲਕ ਸਾਡੇ ਨਾਲ ਗਲਤ ਕਰ ਰਿਹਾ ਵਾ ਅਸੀਂ ਉਹਦੇ ਨਾਲ ਸਹੀ ਕਰ ਰਹੇ ਹਾਂ ਲੇਕਿਨ ਅੱਜ ਤਾਂ ਆਹੀ ਬੇਨਤੀ ਕਰਦੇ ਹਾਂ ਵੀ ਇਹਦੀ ਫਿਲਮ ਨਾ ਦੇਖਿਓ ਤਾਂ ਜੋ ਇਹਨੂੰ ਆਪਣੀ ਗਲਤੀ ਦਾ ਅਹਿਸਾਸ ਹੋਵੇ ਅਤੇ ਟਿਊਟੂ ਵਾਲਿਆਂ ਵਾਅਦਾ ਕਰਦਾ ਵਾ ਵੀ ਮੈਂ ਇੱਕ ਮਾਮਲੀ ਜਿਹਾ ਬੰਦਾ ਵਾਂ ਚਲੋ ਮੇਰਾ ਵੀ ਪੰਜਾਬ ਦੇ ਵਿੱਚ ਨਾਂ ਹੈਗਾ ਵਾ ਪੰਜਾਬ ਦੇ ਵਿੱਚ ਤੁਸੀਂ ਬਿਜ਼ਨਸ ਕਰਨ ਤਾਂ ਆ ਜਾਂਦੇ ਹੋ ਵੀ ਸਾਡੀ ਫਿਲਮਾਂ ਦੇਖੋ ਪ੍ਰਮੋਸ਼ਨ ਕਰ ਪਰ ਹੁਣ ਤੁਹਾਡੇ ਕੋਲ ਟਾਈਮ ਨਹੀਂ ਆ ਟਿਊਟੂ ਵਾਲੇ ਤੁਹਾਡੇ ਨਾਲ ਵਾਅਦਾ ਕਰਦਾ ਵਾ ਵੀ 5-7-8 ਕਰੋੜ ਦਾ ਘਾਟਾ ਤੁਹਾਨੂੰ ਟਿਊਟੂ ਵਾਉਣੀ ਪਵਾਊਗਾ ਅਤੇ ਲੋਕਾਂ ਨੂੰ ਅਪੀਲ ਕਰੂਗਾ ਮੇਰੀ ਫਿਲਮ ਨਾਲ ਦੇਖੋ ਅਤੇ ਆਪਣੀ ਨਾਰਾਜ਼ਗੀ ਜਿਤਾਓ ਬਾਲਾ ਨਹੀਂ ਕਹਿੰਦਾ ਥੈਂਕ ਯੂ ਮਿਹਰਬਾਨੀ ਸ਼ੁਕਰੀਆ।